ਜੂ ਤੇ ਨਹੀਂ ਕਰਦਾ ਸਫਾ ਪਾੜ ਗਿਆ ਕਿਉਂ ਸਲਮਾਨ ਭਾਈ ਨੇ ਭਾਈ ਲਿਫਟ ਲਵਾ ਲਈ ਕਾਰ ਇੰਨੀ ਸਪੀਡ ਨਾਲ ਉੱਤੇ ਖੜੀ ਉੱਤੋਂ ਦੀ ਬਾਹਰ ਆ ਗਈ ਭਾਈ ਇੰਨੀ ਤੰਗ ਲਈ ਆ ਤਿੰਨਾਂ ਬੰਦੇ ਦਾ ਭਰਵਾਂ ਜਲਸਾ ਹੋ ਜਾਂਦਾ ਇੱਥੇ अस्सलाम वालेकुम नादरीन टी टाइम एंड इन अदर स्पेस नादरीन मुबारक होवे तुहानू भी सारिआं नू तुहानू सारिआं नू भी असी इस टाइम फ्री साबरी के नए घर में बैठे हैं सारे तेरे नाल आ कालू ਕਹਿੰਦਾ ਜੀ ਬਾਹਰ ਬੰਬ ਅੱਗੇ ਕੁਛ ਨਹੀਂ ਆਇਆ ਹਾਂ ਕਾਲ ਮੈਨੂੰ ਕਹਿਣ ਡਿਆ ਸੀ ਕਿੱਦਾਂ ਇਹਨੇ ਦਾਵਤਾਂ ਹੀ ਕਰਨੀਆਂ ਚਾਚੇ ਦੀ ਫੋਟੋ ਜਗ੍ਹਾ ਦੱਬੀ ਆ ਇਹ ਕਹਿਣ ਡਿਆ ਸੀ ਮੈਨੂੰ ਕਸ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਸ਼ੁਕਰੀਆ ਅੱਲਾ ਪਾਕ ਤੁਹਾਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਅਦਾ ਫਰਮਾਏ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਅਦਾ ਫਰਮਾਏ ਗੱਲ ਇਹ ਉਸਤਾਦ ਜੀ ਕਿ ਇਹ ਪਤਾ ਨਹੀਂ ਜਿੰਨਾ ਲੋਕਾਂ ਦੇ ਸਿਰਾਂ ਤੇ ਛੱਤ ਨਹੀਂ ਹੁੰਦੀ ਛੱਤ ਦੀ ਕਦਰ ਉਹਨਾਂ ਨੂੰ ਪੁੱਛੋ ਫਿਰ ਮੁਬਾਰਕ ਹੋਵੇ ਯਾਰ ਅੱਲਾ ਤੈਨੂੰ ਖੁਸ਼ ਰੱਖੇ ਜਿਹਨੇ ਮਰਜ਼ੀ ਕੋਲ ਪਾਲਾ ਜਿਹੜੀ ਤੂੰ ਖੱਚ ਹੈ ਤੂੰ ਖੱਚ ਹੀ ਰਹਿਣਾ ਵਾ ਜੋ ਮਰਜ਼ੀ ਕਰਦਾ ਬਹੁਤ ਸ਼ੁਕਰੀਆ ਤੇ ਨਾਲ ਨਾਲ ਇਹ ਕਿ ਯਾਰ ਉਤਲੇ ਫਲੋਰ ਦੇ ਵਿਸਤਾਰ ਜੀ ਪੈਸਿਆਂ ਦਾ ਹਿਸਾਬ ਕਰ ਲਾ ਉਹ ਇੱਕ ਫਲੋਰ ਰਹਿੰਦਾ ਤੈਨੂੰ ਜਲਦ ਉਤਲੇ ਫਲੋਰ ਤੇ ਬੁਲਾਵੇ ਨਹੀਂ ਨਹੀਂ ਇਹਦੇ ਤੋਂ ਉਤਲਾ ਇਹਦੇ ਤੋਂ ਉਤਲਾ ਕਹਿ ਰਿਹਾ ਉਹਦੇ ਰਿਕੇਸ ਤੋਂ ਉਤਲਾ ਹੀ ਆਓ ਬਸ ਕਰੋ ਤੁਹਾਡੇ ਘਰ ਚ ਕੋਈ ਬਿਮਾਰ ਹੋ ਜਾਏ ਤੇ ਇੰਨਾ ਫਰੂਟ ਨਹੀਂ ਆਉਂਦਾ ਜਿੰਨਾ ਇੱਥੇ ਖਾ ਰਹੇ ਮਹਿਮਾਨ ਆਇਓ ਥੋੜਾ ਪਤਾ ਕੀ ਲੁੱਡੋ ਖੇਡਣ ਦੇ ਨਾਲੋਂ ਨਾਲ ਚੱਲੀ ਜਾ ਰਹੇ ਸਬਰ ਕਰੋ ਥੋੜਾ ਜਿਹਾ ਵੀ ਤੂੰ ਬੜਾ ਪ੍ਰੋਗਰਾਮ ਪੜਾ ਆਪਣਾ ਵੀ ਫਰੂਟ ਮੁਕਾ ਦੇਣਾ ਸਾਰਾ ਤੁਸੀਂ ਪਤਾ ਕਰ ਦੇਣਾ ਹੈ ਫੈਸਲ ਭਾਈ ਮੈਂ ਵੀ ਉਸਤਾਦ ਜੀ ਦੀ ਦਾਵਤ ਕਰਨੀ ਹੈ ਹਾਂ ਪਰ ਮਕਾਨ ਤੋਂ ਬਗੈਰ ਪੁੱਛੋ ਉਸਤਾਦ ਜੀ ਨੂੰ ਹਾਂ ਤੇ ਤੂੰ ਕਰ ਤੇਰੀ ਕਰੂਗਾ ਤੂੰ ਆ ਭਾਈ 1.5 ਕਿਲੋ ਸੇਬ ਅੱਧਾ ਕਿਲੋ ਅੰਗੂਰ ਦਰਜਨ ਕੇਲੇ ਚੁੰਨਾ ਬਾਰੇ ਕਹਿੰਦਾ ਕਾਜੂ ਲੈ ਗਿਆ ਘਰ ਚ ਇਹਨਾਂ ਦੇ ਬਿੱਲੀ ਹਾਂਡੀ ਸਿੱਟ ਕੇ ਆਪਣੇ ਭਰਾ ਨੂੰ ਇਕੱਠਾ ਕਰਨ ਡਿਆ ਜਾਂ ਕਸੂਰ ਸ਼ਰੀਕਾਂ ਦਾ ਜਾਂ ਅਮਰੀਕਾ ਦਾ ਆਹੋ ਦੋਵਾਂ ਚ ਇੱਕ ਦਿਨ ਦਾ ਮੈਨੂੰ ਕਰਨੀ ਗੱਲ ਹੁਣ ਤੂੰ ਕੋਹਨੂੰ ਕਰਨੀ ਪਤਾ ਨੀ ਭਾਈ ਬਰਾਵੋ ਦਾ ਗੋਡਾ ਤੂੰ ਆਪਣੀ ਗੱਲ ਕਰ ਉਹਦੀ ਪਿੱਛੇ ਨੀ ਬਣਾਉਣਾ ਇੱਕੋ ਗੱਲ ਨਾਲ ਗਲਾਟੀ ਨੀ ਬਣ ਜਾਈਦਾ ਪਿੱਛੇ ਨਹੀਂ ਪੂਲ ਬਣਾਉਣਾ ਫਰੀਦ ਭਾਈ ਹਾਂਜੀ ਹਾਂਜੀ ਕਿੱਥੇ
ਸ਼ੁਕਰ ਆ ਉਸਤਾਦ ਜਵੇਦ ਨਹੀਂ ਆਇਆ ਘਾ ਦੁਬਾਰਾ ਦੂਸਰੇ ਫਲੋਰ ਦਾ ਲਿਫਟ ਲਵਾਣੀ ਲਿਫਟ ਲਵਾਣੀ ਆਣ ਜਾਣ ਵੀਹ ਬੰਦੇ ਮਾਰ ਜਾਣ ਹੋਵੇ ਹੈਲੋ ਕੀ ਗੱਲ ਉੱਥੇ ਲਿਖਿਆ ਹੁੰਦਾ ਵੀਹ ਤੋਂ ਘੱਟ ਨੀ ਚੜਨੇ ਤੁਸੀਂ ਅੱਜ ਦੇਣਾ ਸਾਰਿਆਂ ਨੂੰ ਦੇਖੋ ਅੱਲਾ ਪਾਕ ਨੇ ਤੁਹਾਨੂੰ ਵੀ ਦੇਣਾ ਸਾਜੀ ਇੱਕ ਬੜੀ ਫਨੀ ਜਿਹੀ ਲਿਫਟ ਦੇਖੀ ਤੁਸੀਂ ਸੀੜੀਆਂ ਨੀ ਘਰ ਦੀਆਂ ਜਿਸ ਤਰ੍ਹਾਂ ਗਰਾਜ ਚੋਂ ਸੀੜੀਆਂ ਜਾ ਰਹੀਆਂ ਸੀੜੀਆਂ ਦੇ ਨਾਲ ਬਜ਼ੁਰਗ ਵਾਸਤੇ ਅੱਜ ਕੁਰਸੀ ਲੱਗ ਜਾਂਦੀ ਤੇ ਬੜੇ ਸੋਹਣੇ ਦਾਦਾ ਜੀ ਲੱਗ ਪੈਂਦੇ ਸਲਮਾਨ ਭਾਈ ਨੇ ਭਾਈ ਲਿਫਟ ਲਵਾ ਲਈ ਕਾਰ ਇੰਨੀ ਸਪੀਡ ਨਾਲ ਉੱਤੇ ਖੜੀ ਉੱਤੋਂ ਦੀ ਬਾਹਰ ਆ ਗਈ ਉੱਤੇ ਖੋਖਾ ਜਿਹਾ ਬਣ ਗਿਆ ਜੋਤ ਨੀ ਕਰਦਾ ਸਫਾ ਪਾਟ ਕੇ ਅੱਗੋਂ ਸਹੀ ਤੁਸੀਂ ਵੀ ਖੁਸ਼ ਹੋਵੋ ਪੁੱਤਰ ਦਾ ਘਰ ਬਣ ਮੈਂ ਖੁਸ਼ ਹੀ ਹਾਂ ਤੇ ਹੱਸੇ ਵੀ ਤੁਸੀਂ ਹੱਸੋ ਜ਼ਰਾ ਮੈਂ ਤੇ ਹਿਸਾਬ ਲਾ ਰਿਹਾ ਕਿ ਵੀ ਲੱਗਾ ਕਿੱਥੇ 15 ਲੱਖ ਰੁਪਏ ਲਓ ਜੀ ਨਾਲ ਇਹ ਫਰੀਦ ਦਾ ਘਰ ਸੀ ਨਾਲ ਇਹਨੇ ਆਪਣਾ ਖਿਆਲ ਰੱਖਣਾ ਕੱਲ੍ਹ ਮੁਤਾਬਕਤ ਹੋਏਗੀ ਰੋਟੀ ਲੈ ਜਿੱਥੇ ਇੰਨਾ ਕੁਛ ਬਣਾਇਆ ਮੈਂ ਬੀਫ ਹਾਂਜੀ ਤੇ ਨਾ ਮਟਨ ਲੈ ਬਸ ਸਲਮਾਨ ਭਾਈ ਨੇ ਮੈਸੇਜ ਕੀਤਾ ਕਹਿੰਦੇ ਯਾਰ ਸਾਰਿਆਂ ਨੇ ਰੱਜ ਕੇ ਆਏ ਨੇ ਖਾਣਾ ਨੀ ਖਾਣਾ ਸੀ ਇਹਨਾਂ ਨੇ ਨੀ ਮੈਸੇਜ ਆਇਆ ਨਹੀਂ ਵੱਟ ਜਾਣ ਕੇ ਪਾਇਆ ਇਹ ਦੱਸਣ ਲਈ ਕਿ ਮੈਂ ਸੀਟ ਨਾਲ ਲੱਗ ਕੇ ਬੈਠਾ ਰਿਹਾ ਰੋਂਦੇ ਹੋਏ ਫੁੱਲੋਂ ਕੋ ਮਟਾਇਆ ਨੀ ਕਰਦੇ ਬਾਹਰ ਸ਼ਿਗਿਰਦ ਦੀ ਮੁਹੱਬਤ ਪਾਕਿਸਤਾਨ ਟੈਨਸ਼ਨ ਚ ਪਾਇਆ ਉਹ ਅੱਲਾ ਜਾਣਦੇ ਇਹਨਾਂ ਨੇ ਸਾਰੀ ਜ਼ਿੰਦਗੀ ਮਕਾਨ ਬਣ ਗਿਆ ਉਦਾਸ ਬੈਠੇ ਹੋਏ ਨੇ ਸਾਨੂੰ ਵੀ ਉਦਾਸ ਕੀਤਾ ਇੱਧਰ ਤੇ ਮੋਟਰ ਨੀ ਪਾਣੀ ਚੱਕਦੀ ਤੇ ਪੂਲ ਕਿੱਦਾਂ ਮੈਨੂੰ ਦੱਸ ਚੱਲੂਗਾ ਕਹਿਣਾ ਨਾ ਪੂਲ ਬੱਸ ਕਰਦੇ ਅੱਲਾ ਮਾਫ ਕਰ ਗੱਡੀ ਗੱਡੀ ਦਾ ਤੁਸੀਂ ਕਹਿ ਦੋ ਥੱਲੇ ਆਉਣਾ ਹੁਣ ਹੈ ਨੀ ਗੱਡੀ ਨਹੀਂ ਕਾਰ ਪਿਛਲੇ ਦਿਨਾਂ ਨਾਲ ਬ੍ਰਿਜ ਵੀ ਬਣਵਾਉਣਾ ਪੈਣਾ
ਇੰਨੀ ਤੰਗ ਗਲੀ ਆ ਤਿੰਨਾਂ ਬੰਦੇ ਦਾ ਭਰਵਾਂ ਜਲਸਾ ਹੋ ਜਾਂਦਾ ਇੱਥੇ ਐਮ ਪੀ ਏ ਕਹਿੰਦਾ ਲੈ ਮੈਂ ਤਾਂ ਕੀ ਬਹੁਤ ਲੀਡ ਮਾਰਨੀ खुली गड्डी साजी दो गड्डियां जोड़ के मतलब कट सकते आ सकते जा सकते ਇੱਡੀ ਤੰਗ ਗਲੀ ਆ ਇੱਕ ਪਿਓ ਨੇ ਆਪਣੇ ਮੁੰਡੇ ਨੂੰ ਇੱਦਾਂ ਛਿੱਤਰ ਮਾਰਿਆ ਉਹ ਭਾਈ ਗਲੀ ਚ ਹੀ ਫਸ ਗਿਆ ਉਹਦੇ ਤੱਕ ਗਿਆ ਹੀ ਇੱਕ ਬੰਦੇ ਨੇ ਥੁੱਕ ਸਿੱਟਿਆ ਕਹਿੰਦੇ ਸਲਾਬ ਆ ਗਿਆ ਨਹੀਂ ਯਾਰ ਦੋ ਗੱਡੀਆਂ ਦੱਸਿਆ ਇੰਜ ਆ ਜਾ ਸਕਦੀਆਂ ਦੋ ਗੱਡੀਆਂ ਲੰਘਦੀਆਂ ਇੱਥੇ ਕੋਈ ਤਨੀ ਦੇ ਕਪੂਤਲੇ ਦੀ ਨਹੀਂ ਨਹੀਂ ਕਾਰਾਂ ਯਾਰ ਹੈਲੀਕਾਪਟਰ ਵਾਲੀ ਵੀ ਸਿੱਖੀ ਫੈਸ਼ਨ ਦੂਜੀ ਵਾਲੀ ਸਾਲਣ ਵਾਲੀ ਵੀ ਕਰ ਹਾਂ ਦੂਜੀ ਵਾਲੀ ਸਾਲ ਲਈ ਹੈ ਸਾਲਣ ਆਪ ਕਹਿਣ ਅੱਲਾ ਰਹਿਮ ਕਰੇ 12 ਪਿਆਲੀਆਂ ਦੇ ਅੱਗੇ ਇੱਕ ਮਰਲੇ ਦਾ ਪਲਾਟ ਲੱਭ ਜਾਂਦੀ ਹੈ ਇੱਥੇ ਅੱਛਾ ਜੀ ਆਹੋ ਇੰਨੀ ਤੰਗ ਵਾਲੀ ਆ ਦੋ ਕੁੱਤੇ ਜਾਂਦੇ ਕਹਿੰਦਾ ਉਹ ਟਵਿੰਗ ਜਾਂਦੇ ਜੋੜ ਜ਼ਿਆਦਾ ਲੱਗਾ ਹੀ ਮੁਨਸ ਵੀ ਕੀਤੀ ਹੋ ਸਾਫ ਚੋਲਾਂ ਦਾ ਦਾਣਾ ਪਰਵਾ ਕੇ ਗੇਂਦ ਬੱਲਾ ਵੀ ਖੁਲਵਾ ਮੁਬਾਰਕਬਾਦ ਮੈਂ ਕਿਤੇ ਚੁੰਮੀ ਲੈ ਜ਼ਖਮ ਕਰਤੇ ਨਹੀਂ ਤੂੰ ਮੈਂ ਹੁਣ ਨਾ ਕਰੀ ਢਾਈ ਮਰਲੇ ਦੇ ਮਕਾਨ ਚ 67 ਚੁੰਮੀਆਂ ਲੈ ਲਈਆਂ ਉਹਨੇ ਕਿਤੇ 10 ਮਰਲੇ ਦਾ ਲੈ ਲਿਆ ਫਰੀਦ ਦੀ ਗਲੀ ਚ ਭਾਈ ਇੱਕ ਬੰਦਾ ਸਲੂਟ ਮਾਰਨ ਲੱਗਾ ਉਹਨੇ ਕੰਧ ਸੁੱਟਤੀ ਸਲੂਟ ਮਾਰਨ ਲੱਗਾ ਤੇ ਹੱਥ ਚਲਾ ਲਿਆ ਚਲੋ ਕੁਛ ਵੀ ਤਾਜੀ ਕਰ ਤੇ ਬੜੀ ਗੱਲ ਰੋਟੀ ਦੀ ਕਾਲ ਚੱਲੀ ਸੀ ਇੱਥੇ ਕਿਤੇ ਹੈ ਹਾਂ ਚਲਾਇਆ ਹੁਣ ਕਿਤੇ ਹੰਗਾਮੀ ਚਲਾ ਸੋਣਾ ਫੇਰ ਰੋਟੀ ਪਾਉਣੀ ਸਾਲਣ ਕਿਤੇ ਕੱਲ ਜੁਗਤ ਨਹੀਂ ਇੰਨੀ ਤੰਗ ਗਲੀ ਆ ਨਿਆਣੇ ਨੇ ਹਜੇ ਤੱਕ ਲੋਕ ਨੇ ਮਿੱਟੀ ਨਹੀਂ ਖੜੀ ਇੱਥੇ ਚਲੋ ਗੱਡੀ ਤੇ ਆਈ 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 ਕਿਉਂ ਨਹੀਂ ਖੜੀ ਇੰਨੀ ਤੰਗ ਗਲੀ ਆ ਲੱਗਣ ਜਗ੍ਹਾ ਹੀ ਹੈ ਨਹੀਂ ਇੰਨੀ ਤੰਗ ਗਲੀ ਆ ਸਿਰੇ ਸਿਰੇ ਪਾਣੀ ਜਿਹੜਾ ਤਰੌਂਕਦਾ ਨਾ ਸਿਰਫ ਇੱਕੋ ਜਗ੍ਹਾ ਤੇ ਪੈਰ ਰੱਖ ਕੇ ਤਰੌਂਕ ਕੇ ਪੈਰ ਭਰਾ ਕੇ ਤਰੌਂਕ ਕੇ ਅੰਦਰ ਲੈ ਜਾਂਦਾ ਯਾਨੀ ਇੱਕ ਸਾਈਡ ਤੇ ਅੱਜ ਬਾਕੀ ਹਾਂਜੀ ਅੱਜ ਤੇ ਵਾਪਸ ਉਹ ਇੰਜ ਵੀ ਨਹੀਂ ਹੋਣਾ ਇੰਜ ਤਾਂ ਹੁੰਦਾ ਹੀ ਨਹੀਂ ਉਹ ਉੱਥੇ ਹੀ ਬੰਨ ਤਰੌਂਕ ਆਇਆ ਫਰੀਦ ਦੀ ਵੀ ਤੰਗ ਗਲੀ ਆ ਇਹਨੇ ਗੇਟ ਲਵਾਇਆ ਤੇ ਐਂ ਲੱਗਦਾ ਨਾਲ ਹੀ ਨੂੰ ਗੇਟ ਲਵਾਇਆ ਓਏ ਉਹੀ ਕਰ ਰਹੇ ਕਾਲੂ ਭਾਈ ਤੁਹਾਨੂੰ ਕਿਹਸਾ ਫੀਲ ਹੋ ਰਿਹਾ ਯਕੀਨ ਗੱਲ ਫੀਲ ਤਾਂ ਹੋਣ ਦਿਆ ਨਾ ਨਾ ਇਹ ਨਾ ਹੈਂ ਨਾ ਯਾਰ ਨਾ ਇਹ ਟੱਟ ਜਾਣਾ ਜੀ ਤਾਂ ਬਰੇ ਨੀਆਂ ਬਹਿ ਜਾਣੀਆਂ ਵਾ ਦੋਹਾਂ ਨਾਲ ਵਧਾ ਦੇਵੇ ਅੱਲਾ ਤੋਂ ਰਹਿਮ ਮੰਗੀ ਦਾ ਹੁੰਦਾ ਵੀ ਕਾਲੀ ਜਵਾਨ ਆ ਕੀ ਹੋ ਗਿਆ ਤੈਨੂੰ ਮੈਂ ਤੇ ਹੀ ਕਹਿਣ ਦਿਆਂ ਨੈਨ ਲਕਸ਼ ਵੀ ਕਾਲੀ ਆ ਤੂੰ ਵੀ ਤੇ ਘਰ ਬਣਾਇਆ ਕੀ ਕੱਲ ਦੱਸਣ ਆ ਕੀ ਕੀਤਾ ਤੂੰ ਘਰ ਵਾਸ਼ਰੂਮ ਵਾਸ਼ਰੂਮ ਦੀ ਛੱਤ ਨਹੀਂ ਇਮਲੀ ਨੇ ਵਾਸ਼ਰੂਮ ਬਣਾਇਆ ਤੇ ਸਾਹਮਣੇ ਨਾਵਲੇ ਰੱਖੇ ਆ ਕਿ ਨਹੀਂ ਕੀ ਰੱਖੇ ਨਾਵਲ ਸਾਨੂੰ ਪੁਰ ਕਰ ਮੈਂ ਉਹ ਕਰ ਲੈਣਾ ਵਾ ਮਕਵਾਣੇ ਮਕਾਨ ਸ਼ੁਰੂ ਹੋ ਗਏ ਬਣਨੇ ਤੇ ਉਹ ਝੋਂਪੜੀਆਂ ਝੁੰਪੜੀਆਂ ਢਾਰੀਆਂ ਟੁੜੀਆਂ ਝੋਂਪੜੀਆਂ ਕਿਹੜੀਆਂ ਉੱਥੇ ਆ ਗਈਆਂ ਯਾਰ ਕੀ ਹੋ ਗਿਆ ਬੜਾ ਡੀਸੈਂਟ ਇਲਾਕਾ ਵਾ ਮਿੱਠੇ ਦਾਸੇ ਨੂੰ ਤੂੰ ਦਾ ਤੂੰ ਤੱਤਾ ਵਾ ਯਾਰ
ਜਿਹੜਾ ਪੈਸਾ ਦੇ ਪਿੱਛੋਂ ਗਾਲਾਂ ਕੱਢਦੇ ਆ ਇੱਥੋਂ ਚਲਾਨ ਹੋ ਜਾਂਦਾ ਗਾਲਾਂ ਕੱਢਣੇ ਹੁੰਦੇ ਤਾਂ ਪਿੱਛੋਂ ਆਹੋ ਉਹ ਸਾਜੀ ਵਿਚਕਾਰ ਹੈਗਾ ਸੜਕ ਦੇ ਕੋਠਾ ਜਿਹਾ ਬਣਾਇਆ ਜਿਹਦੇ 'ਚ ਉਹ ਬੈਠੇ ਹੁੰਦੇ ਤੇ ਉਹਦੇ 'ਚ ਕਿਚਨ ਵੀ ਆ ਸਾਰਾ ਕੁਝ ਹੀ ਉਹਨਾਂ ਬਣਾਇਆ ਹੋਇਆ ਬਾਕੀ ਸਾਇਦ ਤੇ 20 ਫੁੱਟ ਸੜਕ ਖਾਲੀ ਆ ਹਾਂਜੀ ਉਹ ਕਿਸੇ ਦਾ ਕੋਈ ਸਵਾਦ ਦਿੱਤੀ ਹੋਵੇ ਤੇ ਉਧਰ ਨੂੰ ਵੜ ਕੇ ਨੂੰ 20 ਰੁਪਏ ਦੇ ਜਾਂਦਾ ਨਹੀਂ ਤੇ ਪਰੇ ਦੇ ਨਹੀਂ ਇਹਦਾ ਤਾਂ ਪਤਾ ਥੱਲੇ ਖੀਰਾ ਚੁੱਕ ਕੇ ਸਾਰੀ ਟ੍ਰੇ ਖਰਾਬ ਕਰ ਦਿੰਦਾ ਥੱਲੇ ਉਹ ਟ੍ਰੇ ਕੱਢਣੀ ਥੱਲੇ ਉਹ ਅੱਧਾ ਖੀਰਾ ਕੱਢਣਾ ਉੱਪਰੋਂ ਸਾਰੀ ਡੈਕੋਰੇਸ਼ਨ ਖਰਾਬ ਕਰਨਾ ਸੁਪਰਮੈਨ ਹੁੰਦਾ ਸੀ ਇੱਕ ਭੱਠੇ ਤੇ ਪੈਰਾ ਭਾਰ ਬਹਿ ਕੇ ਸਿਗਰ ਲਾਉਂਦੇ ਸਪਾਈਡਰਮੈਨ ਸੀ ਤੇ ਆਪਣੇ ਹੱਥ ਤੇ ਜੁੱਤੀਆਂ ਮਾਰ ਮੈਂ ਜੁੱਤੀ ਵੱਜਣ ਨਹੀਂ ਦੇਣੀ ਕੀ ਮਤਲਬ ਮਿੱਠੇ ਤੈਨੂੰ ਕੋਈ ਪੁੱਛੇ ਨਾ ਮਕਾਨ ਤੇ ਕਿੰਨੇ ਪੈਸੇ ਲੱਗੇ ਤੂੰ ਕਿ ਜੀ 70 ਚੁੰਮੀਆਂ ਲੱਗੀ ਸੁਪਰਮੈਨ ਦੀ ਪੀਰਾਂ ਦੀ ਉਰਸ ਵੀ ਫਲੈਪ ਪਿੱਛੇ ਲਾ ਕੇ ਉੱਡਣ ਦਿਆ ਮੱਲਿਆਂ ਨਾਲ ਪਿੱਛੇ ਲਿਖਿਆ ਉਰਸ ਮੁਬਾਰਕ ਸੁਪਰਮੈਨ ਸੀ ਭਾਈ ਸੂਰਜ ਦੇ ਲਾਗੋ ਨਗਿਆ ਉਹ ਕਿਤੇ ਸੇਕ ਨਾ ਵਰਦੀ ਨੂੰ ਅੱਗ ਪੈ ਗਈ ਭਾਈ ਤੇ ਉੱਤੇ ਹੀ ਉੱਡੀ ਆਉਂਦਾ ਕਹਿੰਦਾ ਹਨੇਰੇ ਹੋਏ ਥੱਲੇ ਜਾਵਾਂਗੇ ਸੁਪਰਮੈਨ ਸੀ ਉੱਡੇ ਨਾ ਜਾਵੇ ਝਟਕਾ ਲਾਵੇ ਥੱਲੇ ਆਈਏ ਮੈਂ ਕਿਹਾ ਕੀ ਹੋਇਆ ਉਹ ਕਹਿੰਦਾ ਯਾਰ ਗਿੱਲੀ ਆਲੂਆਂ ਵਾਲੀ ਪੌੜੀ ਪਾ ਲਈ ਕਹਿੰਦਾ ਵਜ਼ਨ ਬਹੁਤ ਉਹ ਭਾਈ ਬੋਰੀ ਨੂੰ ਲੈ ਕੇ ਇੱਕ ਫੈਕਟਰੀ ਦੇ ਪੱਖੇ ਅੱਗੇ ਕਰਾ ਕਹਿੰਦਾ ਸਿਖਾ ਕੇ ਉੱਡਦਾ ਸੁਪਰਮੈਨ ਤੇ MP3 ਡੈਕ ਵਾਲੀ ਇੱਥੇ ਰੱਖ ਕੇ ਮੈਂ ਮਤਲਬ ਗਾਣੇ ਲਾ ਕੇ ਤੂੰ ਉੱਡਣ ਦਿਆ ਉੱਤੇ ਚਾਂਦ ਰਾਤ ਦਾ ਪੂਰਾ ਜਸ਼ਨ ਮਨਾ ਰਿਹਾ ਕਾਲੂ ਵੀ ਭਾਈ ਸੁਪਰਮੈਨ ਸੀ ਚਾਂਦ ਕਿੱਦਾਂ ਉੱਡਿਆ ਉਹ ਕਿਸੇ ਦਾ ਸ਼ੇਟ ਵਧਿਆ ਸੀ ਉਹਦੇ ਚੋਂ ਪੱਲੇ ਮਰਿਆ ਸੁਪਰਮੈਨ ਵੀ ਬਿਲਡਿੰਗਾਂ ਠੇਕੇ ਲਏ ਆ ਪੱਲੇ ਨਾਲ ਉਹ ਸ਼ੀਸ਼ੇ ਸਾਫ਼ ਕਰ ਦਿੰਦੇ ਮਿੱਠਾ ਸੁਪਰਮੈਨ ਹੁੰਦਾ ਸੀ ਭਾਈ ਉੱਡ ਕੇ ਜਹਾਜ਼ ਦਾ ਬੋਹਰ ਖਾ ਕੇ ਬਾਜੀ ਮਾਰਾ ਬਰਗਰ ਹੀ ਦੇ ਦੋ ਅੰਗਰੇਜ਼ ਨਹੀਂ ਕਹਿੰਦੇ ਛੱਡ ਛੱਡ ਰੋਟੀ ਖੁੱਲੀ ਪਈ ਆ ਸਾਨੂੰ ਤਾਂ ਨਜ਼ਰ ਨੀ ਆਉਣ ਉਹ ਪੌਣੇ ਚ ਸੀ ਨਾ ਮੈਂ ਖੋਲ ਕੇ ਬਾਹਰ ਰੱਖਿਆ ਵਾ ਸਾਨੂੰ ਤਾਂ ਫਲ ਪੀ ਚੁਗਿਆ ਹੁੰਦਾ ਉਹ ਲੱਗਣ ਡਿਆ ਇਹਦੇ ਕਿਤੇ ਉਪਰੈਂਕ ਹੀ ਨਾ ਜੇ ਰੋਟੀ ਮੇਰੇ ਵੱਲ ਸਿਰਫ ਰੋਟੀ ਹੋਵੇ ਵਰਦੀ ਪਾਰਟੀ ਇੱਥੋਂ ਵੀ ਇੱਥੋਂ ਵੀ ਮੈਂ ਕਿਹਾ ਇਹ ਕੀ ਹੋਇਆ ਉਹ ਕਹਿੰਦਾ ਉੱਤੇ ਯਾਰ 3-4 ਬਾਦ ਪੈ ਗਏ ਕਹਿੰਦਾ ਕੱਠੇ ਹੀ ਪੈ ਗਏ ਲੋ ਜੀ ਨਾਲੇ ਮੈਂ ਤਾਂ ਚੱਲਾਂ ਰੋਟੀ ਖਾਣ ਤੇ ਤੁਸੀਂ ਆਪਣਾ ਭੰਡ ਪੁਣਾ ਕਰਕੇ ਆ ਜਾਣਾ ਹਾਂਜੀ ਤੁਹਾਡੇ ਤੋਂ ਪਹਿਲੇ ਮਿੱਠਾ ਉੱਠਣ ਦੇ ਆਉਂਗੇ ਨੀਰਾ